ਮੈਂ ਤਾਂ ਨਾ ਆਨਲਾਈਨ ਵੀ ਆਰਡਰ ਕੀਤੇ ਹੋਏ ਆ, ਉਹ ਵੀ ਅੱਜ ਕੱਲ ਚ ਆਉਣ ਵਾਲਾ ਹੀ ਆ। ਅੱਛਾ, ਹਾਂ ਮੈਨੂੰ ਲੱਗਦਾ ਫੋਨ ਆ ਹੀ ਗਿਆ ਦਾ। ਹੈਲੋ ਗੈਵੀ ਵੀਰ ਦੀ ਮੈਡਮ, ਹਾਂਜੀ ਤੁਹਾਡਾ ਪਾਰਸਲ ਆਇਆ ਸੀ ਡਿਲੀਵਰ ਕਰਨਾ ਸੀ। ਮੈਂ ਤਾਂ ਹਲੇ ਬਾਹਰ ਆ, ਮੈਨੂੰ ਆਉਣ ਨੂੰ ਹਲੇ 15 ਮਿੰਟ ਲੱਗ ਜਾਣੇ ਆ, ਹੋਰ ਮੰਮੀ ਹੈਗੇ ਨੇ ਮੇਰੇ ਘਰੇ। ਚਲੋ ਠੀਕ ਹੈ ਜੀ, ਪਾਰਸਲ ਵਾਲਾ ਤਾਂ ਆ ਗਿਆ ਘਰੇ। ਹਾਂ ਭਾਈ ਦੱਸ। ਮਾਤਾ ਜੀ ਤੁਹਾਡਾ ਇੱਕ ਪਾਰਸਲ ਸੀ। ਕਾਹਦਾ ਪਾਰਸਲ? ਮੈਂ ਤਾਂ ਕੁਛ ਮੰਗਾਇਆ ਨਹੀਂ। ਗੈਵੀ ਵੀਰ ਜੀ ਦੇ ਨਾਂ ਤੇ ਆ ਜੀ, ਉਹਨਾਂ ਦਾ ਪਾਰਸਲ ਆ। ਹਾਏ ਮੈਂ ਮਰ ਜਾ, ਇਹ ਨਹੀਂ ਮਾਂ ਦੀ ਧੀ ਟਾਦੀ, ਪਾਰਸਲ ਤੇ ਪਾਰਸਲ, ਪਾਰਸਲ ਤੇ ਪਾਰਸਲ, ਰੋਜ਼ ਦੇ 10-10 ਪਾਰਸਲ ਆਉਂਦੇ ਨੇ, ਹੁਣ ਅੱਜ ਫੇਰ ਪਾਰਸਲ ਦਿਨ ਨਹੀਂ ਚੜਿਆ ਜਦੋਂ ਹੀ ਆ ਗਿਆ। ਬੇਟਾ ਇੱਦਾਂ ਕਰੋ ਤੁਸੀਂ ਨਾ ਇੱਥੇ ਨੇੜੇ ਦਫ਼ਤਰ ਖੋਲ ਲਓ, ਸਾਡੇ ਬਹੁਤੇ ਪਾਰਸਲ ਆਉਂਦੇ ਨੇ, ਫਿਰ ਤੁਹਾਨੂੰ ਬਾਰ ਬਾਰ ਆਉਣਾ ਪੈਂਦਾ, ਉੱਥੋਂ ਪਾਰਸਲ ਫੜਿਆ ਇੱਥੇ ਫੜਾਤਾ, ਉੱਥੋਂ ਫੜਿਆ ਇੱਥੇ ਫੜਾਤਾ। ਮਾਤਾ ਜੀ ਤੁਸੀਂ ਆਪਣਾ ਪਾਰਸਲ ਫੜੋ ਤੇ ਮੈਨੂੰ ਜਾਣ ਦਿਓ। ਇੱਦਾਂ ਕਿੱਦਾਂ ਜਾਣ ਦੇ ਦਾਂ, ਤੁਹਾਡੀ ਕੰਪਨੀ ਨੂੰ ਅੱਧੀ ਕਮਾਈ ਤਾਂ ਮੇਰੀ ਨੌਂ ਦੀ ਆ, ਟਿਕ ਟਿਕ ਕਰਦੀ ਆਰਡਰ ਕਰ ਦਿੰਦੀ ਆ, ਟਿਕ ਟਿਕ ਕਰਦੀ ਆਰਡਰ ਕਰ ਦਿੰਦੀ। ਮਾਤਾ ਮੈਨੂੰ ਮਾਫ ਕਰੋ ਤੇ ਪਾਰਸਲ ਦਾ 1500 ਰੁਪਏ ਦਿਓ ਤੇ ਮੇਰਾ ਖੜਾ ਛੱਡੋ। ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ, ਇੰਨਾ ਮਹਿੰਗਾ ਉਹਨੇ ਕੀ ਮੰਗਾ ਲਿਆ, ਸਹੀ ਸਹੀ ਰੇਟ ਲਾ ਲਾ ਤੂੰ, ਮੇਰੇ ਤੋਂ ਕਿਤੇ ਲਫੇੜੇ ਨਾ ਖਾਲੀ। ਰੇਟ ਬੇਬੇ ਮੈਂ ਥੋੜੀ ਲਾਇਆ, ਸਾਡਾ ਕੰਮ ਤਾਂ ਸਿਰਫ ਪਹੁੰਚਾਉਣਾ, ਰੇਟ ਤਾਂ ਪਿੱਛੋਂ ਦੁਕਾਨ ਵਾਲੇ ਲਾਉਂਦੇ ਨੇ, ਸਾਨੂੰ ਇਹਦੇ ਵਿੱਚੋਂ ਕੋਈ ਬਹੁਤਾ ਮਾਰਜਨ ਨਹੀਂ ਹੁੰਦਾ, ਇੱਕ ਪਾਰਸਲ ਵਿੱਚੋਂ 10-20 ਰੁਪਏ ਹੀ ਬਚਦੇ ਆ, ਤੁਸੀਂ ਮੈਨੂੰ ਮੇਰੇ ਪੈਸੇ ਦਿਓ ਤੇ ਮੈਨੂੰ ਜਾਣ ਦਿਓ, ਮੈਂ ਹੋਰ ਵੀ ਪਾਰਸਲ ਪਹੁੰਚਾਉਣੇ ਆ। ਹਾਏ ਹਾਏ ਤੇਰਾ ਤਾਂ ਬਹੁਤ ਔਖਾ, ਜਦ ਤੈਨੂੰ ਬਚਦਾ ਨਹੀਂ ਕੁਛ, ਫਿਰ ਤੂੰ ਕਿਉਂ ਲੋਕਾਂ ਦੇ ਘਰੀ ਜਾ ਜਾ ਕੇ ਸਮਾਨ ਦਿੰਨਾ, ਇਹ ਜਵਾਕ ਜੱਲਾ ਵੀ ਪਾਲਣਾ। ਮਾਤਾ ਮੈਂ ਇੰਨਾ ਵੀ ਔਖਾ ਨਹੀਂ, ਇਹ ਤਾਂ ਮੈਨੂੰ ਕੰਪਨੀ ਤਨਖਾਹ ਵੀ ਦਿੰਦੀ ਆ। ਕੰਪਨੀ ਤਨਖਾਹ ਵੀ ਦਿੰਦੀ ਆ, 10-20 ਤੈਨੂੰ ਇਹਦੇ ਚੋਂ ਵੀ ਇੱਕ ਪਾਰਸਲ ਚੋਂ ਬਚਦੇ ਨੇ, ਹੈ ਫਿਰ ਤਾਂ ਤੂੰ ਬਹੁਤ ਸੌਖਾ। ਉੱਤੋਂ ਫਿਰ ਤੂੰ ਮੈਨੂੰ ਉਹ ਦੱਸ ਵੀ 1500 ਚੋਂ ਮੈਨੂੰ ਲੈਸ ਕੀ ਕਰਦਾ ਤੂੰ, ਮੈਂ ਤੇਰੀ ਮਾਂ ਮਾਰ ਗਈ ਆ, ਪੁੱਤ ਮਾਂ ਨੂੰ ਤਾਂ ਕੁਛ ਲੈਸ ਚਾਹੀਦਾ ਹੀ ਆ। ਆਏ ਰੱਬਾ ਸਵੇਰੇ ਸਵੇਰੇ ਕਿਹਦੇ ਮੱਥੇ ਲੱਗਿਆ, ਜੇ ਘੱਟ ਕਹਿਣਾ ਤਾਂ ਵੀ ਔਖਾ, ਵੱਧ ਕਹਿਣਾ ਤਾਂ ਵੀ ਔਖਾ। ਪੁੱਤ ਤੂੰ ਕਾਹਦਾ ਔਖਾ, ਔਖੀ ਤਾਂ ਮੈਂ ਆ ਜਿਹਦੀ ਨੌਂ ਬੈਠੀ ਟਕ ਟਕ ਕਰਕੇ ਫੋਨ ਤੇ ਆਰਡਰ ਮੰਗਾਈ ਜਾਂਦੀ ਆ। ਅੱਗੇ ਵਧੀਆ ਸੀ ਪੁੱਤ, ਬਾਜ਼ਾਰ ਚ ਸੂਟ ਲੈਣ ਜਾਈਦਾ ਸੀ, ਮੈਂ ਨਾਲ ਜਾਂਦੀ ਸੀ, ਜੇ 4 ਸੂਟ ਕਹਿੰਦੀ ਸੀ ਤਾਂ ਮੈਂ 1 ਲੈ ਕੇ ਦਿੰਦੀ, ਉਹ ਵੀ ਜੇ ਦੁਕਾਨਦਾਰ 500 ਮੰਗਦਾ ਮੈਂ 300 ਹੀ ਦੇ ਕੇ ਆਉਂਦੀ, ਆ ਹੁਣ 1500 ਦਾ ਮੰਗਾ ਲਿਆ, ਦੱਸ ਕੀ ਕਰਾਂ ਮੈਂ। ਉੱਤੋਂ ਤੂੰ ਦੀਵਾਨੀ ਘਟਾਉਣ ਨੂੰ ਤਿਆਰ ਨਹੀਂ ਹੈ। ਉਹ ਮਾਤਾ ਤੈਨੂੰ ਕਿਵੇਂ ਸਮਝਾਵਾਂ, ਮੈਂ ਨਹੀਂ ਘਟਾ ਸਕਦਾ, ਮੈਨੂੰ ਪੂਰੇ ਪੈਸੇ ਦੇਣੇ ਪੈਣਾ ਕੰਪਨੀ ਨੂੰ। ਨਾ ਬਜ਼ੁਰਗਾਂ ਨਾਲ ਐਂ ਗੱਲ ਕਰੀਦੀ ਆ, ਲਿਆ ਤੂੰ ਫੋਨ ਨੰਬਰ ਮਿਲਾ ਕੇ ਦੇ ਕੰਪਨੀ ਵਾਲਿਆਂ ਨਾਲ ਮੇਰੀ ਗੱਲ ਕਰਾ। ਪਹਿਲਾਂ ਤਾਂ ਕੰਪਨੀ ਵਾਲਿਆਂ ਦਾ ਮੂੰਹ ਭੰਨਦੀ ਆ ਮੈਂ, ਵੀ ਜੇ ਤੁਹਾਨੂੰ ਆਰਡਰ ਆਉਂਦਾ ਘਰਦਿਆਂ ਨੂੰ ਪੁੱਛਣਾ ਨਹੀਂ ਹੁੰਦਾ, ਬਿਨਾਂ ਪੁੱਛਿਆ ਤੂੰ ਆਰਡਰ ਭੇਜ ਦੇਣੇ ਆ ਤੁਸੀਂ। ਓਹੋ ਮਾਤਾ ਮੇਰਾ ਸਿਰ ਦੁਖਣ ਲਾਤਾ, ਮਿਹਰਬਾਨੀ ਕਰਕੇ ਮੈਨੂੰ ਪੈਸੇ ਦਿਓ ਤੇ ਮੈਂ ਜਾਵਾਂ। ਮੇਰੀ ਇੰਨੀ ਭਕਾਈ ਕਰਾ ਕੇ ਤੂੰ ਕਹਿੰਦਾ ਮੈਂ ਜਾਵਾਂ, ਧਨਗਰ ਕੋਲ ਛੁੱਟ ਕੇ ਜਾਣਾ ਕਿਤੇ ਸੁੱਖ? ਤੇਰੇ ਨਾਲ ਹੋਰ ਬਹਿਸ ਕਰਕੇ ਮੈਂ ਆਪਣੀਆਂ ਪੁੜਪੜੀਆਂ ਨਹੀਂ ਪੜਵਾਉਣੀਆਂ, ਮੈਂ ਹੋਰ ਵੀ ਜਗ੍ਹਾ ਸਮਾਨ ਪਹੁੰਚਾਉਣਾ। ਚੰਗਾ ਫਿਰ ਮੈਂ ਤਾਂ ਚੱਲਿਆ। ਜਾਨਾ ਤਾਂ ਜਾ, ਮੈਂ ਕਿਹੜਾ ਤੈਨੂੰ ਰੋਕਦੀ ਆ, ਮੇਰੇ ਪੁੱਤ ਦੀ ਕਮਾਈ ਆਨਲਾਈਨ ਇਹਨੇ ਅਡਾਈ, ਮੈਂ ਅਡਾਉਣ ਦਿੰਨੀ ਆ ਭਲਾ, ਮੈਂ 1500 ਰੁਪਇਆ ਬਚਾ ਲਿਆ। ਇਹ ਮੰਮੀ ਕਿਹਨੂੰ ਬੋਲ ਰਹੀ ਆ? ਮੰਮੀ ਕੀ ਹੋ ਗਿਆ? ਹੋਣਾ ਕੀ ਆ, ਤੈਨੂੰ ਪਤਾ ਤੇਰੇ ਹੀ ਸਿਆਪੇ ਪਾਏ ਹੋਏ ਨੇ, ਇਹਦੀ ਤਾਂ ਸਮਾਰ ਕੇ ਕੰਡ ਝਾੜ ਕੀਤੀ ਆ ਮੈਂ, ਇਹ ਨਾ ਹੁਣ ਮੁੜ ਕੇ ਆ ਗਿਆ। ਪਾਰਸਲ ਵਾਲਾ ਗਿਆ? ਗਿਆ ਨਹੀਂ, ਭਜਾਇਆ ਮੈਂ, ਮਸਾਂ ਹੋ ਜਾਂਦਾ, ਦੇਖ ਆਇਆ ਕਿਵੇਂ ਕਰਦੀ ਆ, ਜਿਵੇਂ ਜਾਨ ਨਿਕਲਦੀ ਹੁੰਦੀ ਆ। ਤੇਰਾ ਸੂਟ ਹੀ ਹੋਊ, ਹੋਰ ਕੀ ਸੀ ਉਹ? ਮੰਮੀ ਹੈਗਾ ਤਾਂ ਸੂਟ ਹੀ ਸੀ, ਪਰ ਮੇਰਾ ਨਹੀਂ ਸੀ, ਉਹ ਤੁਹਾਡਾ ਸੂਟ ਸੀ, ਕੱਲ ਨੂੰ ਜਿਹੜਾ ਮੈਂ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਦੇਣਾ ਸੀ। ਹਾਏ ਹਾਏ, ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਨੂੰ ਪਹਿਲਾਂ ਦੱਸ ਜਾਂਦੀ, ਜਾਣ ਲੱਗੀ ਦੱਸ ਜਾਂਦੀ। ਉਹ ਭਾਈ ਉਹ ਰੱਖ ਜਾ, ਗੈਵੀ ਨੇ 1500 ਰੁਪਇਆ ਦੇਣਾ, ਸੂਟ ਦੇ ਜਾ ਉਹ ਪੁੱਤ।
ਸੂਟ ਦਾ ਚੱਲ ਰੱਬ ਤੈਨੂੰ ਮੁੰਡਾ ਦੇਊ। ਮਾਤਾ ਰੁਕ ਜਾ, ਸੂਟ ਪਿੱਛੇ ਆਪਦੇ ਗੋਡੇ ਨਾ ਅਪਣਾ ਲਈ ਕਿਤੇ।